ਸਿੱਧੂ ਮੂਸੇਵਾਲਾ ਬਾਈ ਦੇ ਅਟੈਚ ਗਾਣੇ ਦੀ ਚਰਚਾ ਸਾਰੇ ਸੋਸ਼ਲ ਮੀਡੀਆ ਤੇ ਹੋ ਰਹੀ ਹੈ, ਪਰ ਇਸ ਦੀ ਅਨਾਊਂਸਮੈਂਟ ਤੋਂ ਬਾਅਦ ਕਾਫੀ ਸਾਰੇ ਸਵਾਲ ਦਿਮਾਗ ਦੇ ਵਿੱਚ ਆਏ ਨੇ ਤੇ ਕਈਆਂ ਥਾਵਾਂ ਤੇ ਤਾਂ ਅਟੈਚ ਗਾਣੇ ਦੀ ਟੀਮ ਨੇ ਡਿਸਪੁਆਇੰਟ ਵੀ ਕੀਤਾ ਤੇ ਇੱਕ ਨਾਰਾਜ਼ਗੀ ਵੀ ਹੈ ਇਸ ਗਾਣੇ ਨੂੰ ਲੈ ਕੇ। ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ, ਸੋ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਸਿੱਧੂ ਬਾਈ ਦੇ ਜਿਹੜੇ ਬਾਕੀ ਗਾਣੇ ਆਏ ਨੇ ਉਹਨਾਂ ਤੋਂ ਇਹ ਵਾਲਾ ਗਾਣਾ ਸਭ ਤੋਂ ਅਲੱਗ ਹੈ ਤੇ ਇਹਦਾ ਕਾਰਨ ਇਹ ਹੈ ਕਿਉਂਕਿ ਸਿੱਧੂ ਬਾਈ ਆਪ ਖੁਦ ਇਸ ਵੀਡੀਓ ਦੇ ਵਿੱਚ ਦਿਖਣਗੇ ਤੇ ਇਹ ਵਾਲੀ ਵੀਡੀਓ ਕੋਈ AI ਨਾਲ ਨਹੀਂ ਬਣਾਈ ਗਈ ਹੋਊਗੀ, ਇਹ ਸਿੱਧੂ ਬਾਈ ਨੇ ਖੁਦ ਸ਼ੂਟ ਕਰਕੇ ਰੱਖੀ ਸੀ। ਹੁਣ ਇਹ ਤਾਂ ਪਤਾ ਲੱਗ ਗਿਆ ਕਿ ਇਹ ਗਾਣਾ ਸਭ ਤੋਂ ਡਿਫਰੈਂਟ ਹੋਣ ਵਾਲਾ ਹੈ ਹੁਣ ਤੱਕ ਵੀ ਜਿੰਨੇ ਗਾਣੇ ਆਏ ਨੇ ਸਿੱਧੂ ਬਾਈ ਦੇ ਜਾਣ ਤੋਂ ਬਾਅਦ, ਸੋ ਇਸ ਡਿਫਰੈਂਟ ਗਾਣੇ ਨੂੰ ਲੈ ਕੇ ਕਾਫੀ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ। ਇੱਕ ਤਾਂ ਇਹਦੇ ਪੋਸਟਰ ਤੇ ਹੋਰ ਡਿਟੇਲ ਦੇ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਸੀ ਤੇ ਜੇਕਰ ਇਹ ਵਾਲਾ ਫਾਈਨਲ ਪੋਸਟਰ ਹੈ, ਇਹ ਅਨਾਊਂਸਮੈਂਟ ਵਾਲਾ ਪੋਸਟਰ ਨਹੀਂ ਹੈ ਤਾਂ ਇਹ ਚੀਜ਼ ਬਹੁਤ ਗਲਤ ਹੈ ਕਿਉਂਕਿ ਇਹ ਬਿਲਕੁਲ ਦੇਸੀ ਪੋਸਟਰ ਹੈ ਤੇ ਇਦੋਂ ਵਧੀਆ ਪੋਸਟਰ ਤਾਂ ਸਿੱਧੂ ਬਾਈ ਦੇ ਜਿਹੜੇ ਫੈਨਸ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਬਣਾ ਕੇ ਪਾਏ ਹੋਏ ਨੇ। ਹੁਣ ਇਹਨੂੰ ਪੋਸਟਰ ਨਹੀਂ ਕਹਿ ਸਕਦੇ, ਇਹ ਇੱਕ ਤਰ੍ਹਾਂ ਦੀ ਫੋਟੋ ਸੀਗੀ ਜਿਹੜੀ ਉਸ ਟਾਈਮ ਤੇ ਲਈ ਗਈ ਸੀ ਇਹਨਾਂ ਤਿੰਨਾਂ ਦੀ ਤੇ ਉਸ ਨੂੰ ਹੀ ਬੈਕਗ੍ਰਾਉਂਡ ਰਿਮੂਵ ਕਰਕੇ ਉੱਪਰ ਲਗਾਤਾ ਤੇ ਉੱਪਰ ਅਟੈਚ ਲਿਖਤਾ। ਉਹਦੇ ਵਿੱਚ ਡਿਟੇਲ ਦੇ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਕਿਉਂਕਿ ਸਿੱਧੂ ਬਾਈ ਦੇ ਜਿਹੜੇ ਮੰਥਲੀ ਲਿਸਨਰਸ ਸੀ ਉਹ ਵੀ ਹੁਣ ਘਟਦੇ ਜਾ ਰਹੇ ਨੇ ਦਿਨੋਂ ਦਿਨ ਤੇ ਇੰਨੇ ਵੱਡੇ ਇੰਪੋਰਟੈਂਟ ਗਾਣੇ ਤੇ ਜੇਕਰ ਧਿਆਨ ਨਹੀਂ ਦੇ ਰਹੀ ਉਹਨਾਂ ਦੀ ਟੀਮ ਤਾਂ ਇਹ ਬਹੁਤ ਗਲਤ ਗੱਲ ਹੈ ਆਪਣੇ ਸਾਰਿਆਂ ਦੇ ਲਈ। ਹੁਣ ਜਦੋਂ ਤੱਕ ਤਾਂ ਸਿੱਧੂ ਬਾਈ ਦੇ ਅਕਾਊਂਟ ਤੇ ਇਹ ਪੋਸਟਰ ਰਿਲੀਜ਼ ਨਹੀਂ ਹੋਇਆ ਸੀ ਉਦੋਂ ਤੱਕ ਤਾਂ ਇਹੀ ਲੱਗ ਰਿਹਾ ਸੀ ਕਿ ਸਟੀਲ ਬੈਂਕਰਸ ਨੇ ਜਿਹੜਾ ਪੋਸਟ ਪਾਈ ਹੈ ਇਹ ਸਿਰਫ ਅਨਾਊਂਸਮੈਂਟ ਹੀ ਕਰ ਰਿਹਾ, ਪਰ ਫਿਰ ਸਿੱਧੂ ਬਾਈ ਦੇ ਆਫੀਸ਼ੀਅਲ ਅਕਾਊਂਟ ਤੇ ਜਦੋਂ ਪੋਸਟ ਪਾਈ ਗਈ ਸੇਮ ਪੋਸਟਰ ਦੀ ਤੇ ਸਿੱਧੂ ਬਾਈ ਦੇ ਅਕਾਊਂਟ ਤੇ ਰਿਲੀਜ਼ ਡੇਟ ਵੀ ਦੱਸੀ ਗਈ ਇਸ ਗਾਣੇ ਦੀ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ 30 ਅਗਸਤ ਨੂੰ ਇਹ ਗਾਣਾ ਆ ਜਾਣਾ, ਪਰ ਜੇਕਰ ਇਹ ਫਾਈਨਲ ਪੋਸਟਰ ਨਹੀਂ ਹੈ, ਇੱਕ ਪੋਸਟਰ ਹੋਰ ਆਊਗਾ ਤਾਂ ਉਹਦੇ ਵਿੱਚ ਡਿਟੇਲ ਦੇ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਤੇ ਫਿਰ ਤਾਂ ਬਹੁਤ ਵਧੀਆ ਗੱਲ ਹੈ ਤੇ ਜੇਕਰ ਇਹੀ ਫਾਈਨਲ ਪੋਸਟਰ ਹੈ ਫਿਰ ਤਾਂ ਬਹੁਤ ਗਲਤ ਗੱਲ ਹੈ ਕਿਉਂਕਿ ਇਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਗਾਣਿਆਂ ਤੇ। ਬਾਕੀ ਇਹ ਵਾਲਾ ਗਾਣਾ ਸਭ ਤੋਂ ਡਿਫਰੈਂਟ ਹੈ ਜਿਹਦੇ ਬਾਰੇ ਮੈਂ ਆਲਰੇਡੀ ਇੱਕ ਵੀਡੀਓ ਦੇ ਵਿੱਚ ਗੱਲ ਕਰ ਚੁੱਕਿਆ। ਹੁਣ ਇਹ ਜਿਹੜੀ ਫੋਟੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਉਹ ਜਗ੍ਹਾ ਹੈ ਜਿੱਥੇ ਸਿੱਧੂ ਬਾਈ ਦਾ ਇਹ ਅਟੈਚ ਸੌਂਗ ਸ਼ੂਟ ਹੋਇਆ ਸੀ ਤੇ ਇਹ ਕੁਝ ਕਲਿੱਪਸ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੇਮ ਜਿਹੜਾ ਟੇਬਲ ਹੈ ਉਹਦੇ ਉੱਤੇ ਹੀ ਸ਼ੂਟਿੰਗ ਹੋਈ ਸੀ ਤੇ ਇਹ ਪੂਰਾ ਦਾ ਪੂਰਾ ਸੈੱਟ ਜਿੱਦਾਂ ਡਿਜ਼ਾਈਨ ਕੀਤਾ ਗਿਆ ਇਹ ਬਹੁਤ ਡਿਫਰੈਂਟ ਚੀਜ਼ ਹੈ ਤੇ ਇਸ ਗਾਣੇ ਦੀ ਵੀਡੀਓ ਸਭ ਤੋਂ ਅਲੱਗ ਹੋਣ ਵਾਲੀ ਹੈ ਸਿੱਧੂ ਬਾਈ ਦੇ ਹੁਣ ਤੱਕ ਜਾਣ ਤੋਂ ਬਾਅਦ ਜਿੰਨੇ ਗਾਣੇ ਆਏ ਨੇ। ਜੇਕਰ ਹੁਣ ਇਸ ਗਾਣੇ ਦੀ ਰਿਲੀਜ਼ਿੰਗ ਦੇ ਬਾਰੇ ਗੱਲ ਕਰ ਲਈਏ ਤਾਂ ਇਹ ਗਾਣਾ ਰਿਲੀਜ਼ ਹੋਣਾ ਚਾਹੀਦਾ ਵੈਸੇ ਤਾਂ ਸਿੱਧੂ ਬਾਈ ਦੇ ਆਫੀਸ਼ੀਅਲ ਚੈਨਲ ਤੇ ਤੇ ਜਿੱਦਾਂ ਚੋਰਨੀ ਗਾਣੇ ਨਾਲ ਹੋਇਆ ਸੀ ਉਦਾਂ ਵੀ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੋਊਗੀ ਕਿ ਇਹਦਾ ਆਡੀਓ ਤਾਂ ਰਿਲੀਜ਼ ਹੋਵੇ ਸਟੀਲ ਬੈਂਗਲਸ ਦੇ ਚੈਨਲ ਤੇ ਵੀਡੀਓ ਜਿਹੜੀ ਆਫੀਸ਼ੀਅਲ ਹੈ ਉਹ ਸਿੱਧੂ ਬਾਈ ਦੇ ਚੈਨਲ ਤੇ ਹੋਵੇ। ਸੋ ਇਹ ਆਪਾਂ ਗੈਸ ਕਰ ਸਕਦੇ ਹਾਂ ਪਰ ਪੱਕਾ ਕਨਫਰਮੇਸ਼ਨ ਨਹੀਂ ਹੈ ਇਸ ਚੀਜ਼ ਦੇ ਬਾਰੇ, ਪਰ ਜੇਕਰ ਇਹ ਗਾਣਾ ਕਿਤੇ ਵੀ ਅਪਲੋਡ ਹੁੰਦਾ ਤਾਂ ਸਿੱਧੂ ਬਾਈ ਦੇ ਚੈਨਲ ਤੇ ਐਟਲੀਸਟ ਆਫੀਸ਼ੀਅਲ ਵੀਡੀਓ ਤਾਂ ਰਿਲੀਜ਼ ਹੋਣੀ ਹੀ ਚਾਹੀਦੀ ਹੈ। ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ, ਜੇਕਰ ਤੁਸੀਂ ਹੋਰ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ।